ਲੋਕ ਗ੍ਰਾਹਨ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਕੂਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪ੍ਰਮੇਂਦਰ ਸਿੰਘ ਰਾਏਪੁਰ ਸਰ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਪ੍ਰਮੇਂਦਰ ਜੀ ਜੋ ਭਾ ਜੀ ਪੀ ਦਾ ਯੂਵਾ ਮੋਰਚਾ ਉਹਨਾਂ ਨੇ ਐਸਟੀਐਫ ਨੂੰ ਸ਼ਿਕਾਇਤ ਕੀਤੀ ਹੈ ਕਿ ਰਣਜੀਤ ਸਿੰਘ ਬਾਬਾ ਜੋ ਲੋਕ ਗਾਇਕ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਨੇ ਜੋ ਕੁਝ ਸਮਾਂ ਪਹਿਲਾਂ ਉਹ ਗੁਰਦੀਪ ਰਾਣੋ ਗ੍ਰਿਫਤਾਰ ਕੀਤੇ ਗਏ ਸੀ ਨਸ਼ੇ ਵਾਲੇ ਮਾਮਲੇ ਦੇ ਵਿੱਚ ਕਿ ਜੋ ਰਣਜੀਤ 바ਵਾ ਉਹਨਾਂ ਦੇ ਘਰ ਸ਼ੂਟਿੰਗ ਕਰਦੇ ਸੀ ਉਹਨਾਂ ਨਾਲ ਸੰਬੰਧ ਹੋ ਸਕਦੇ ਆ ਇਸੇ ਸੰਦਰਭ ਦੇ ਵਿੱਚ ਉਹਨਾਂ ਨੇ ਐਸਟੀਐਫ ਨੂੰ ਸ਼ਿਕਾਇਤ ਕੀਤੀ ਹੈ ਜੀ ਗੁਰਜਿੰਦਰ ਜਿਹੜਾ ਬੀਜੇਪੀ ਹੈ ਨਾ ਬੀਜੇਪੀ ਨੂੰ ਹੁਣ ਹਰੇਕ ਮੁਕਾਮ ਤੇ ਹਰੇਕ ਮਹਾਜ ਤੇ ਇਦਾਂ ਦਾ ਕੋਈ ਨਾ ਕੋਈ ਮੌਕਾ ਜਿਹੜਾ ਚਾਂਸ ਹੈ ਉਹ ਲੈਣ ਦੇ ਪਿੱਛੇ ਨਹੀਂ ਰਹਿੰਦੇ ਜ ਜਿਹਦੇ ਨਾਲ ਉਹਨਾਂ ਦੀ ਕੋਈ ਪਬਲਿਸ਼ਿਟੀ ਹੋ ਸਕੇ ਸੁਰਖੀਆਂ 'ਚ ਬਣੇ ਰਹਿਣ ਜਾਂ ਬਿਆਨਬਾਜ਼ੀ ਦੇ ਕੇ ਕੋਈ ਕਿਸੇ ਤਰੀਕੇ ਨਾਲ ਖਬਰਾਂ ਦੇ ਵਿੱਚ ਜਾਂ ਪਬਲਿਸ਼ਿਟੀ ਲਈ ਸਟੰਟ کہہ ਸਕਦੇ ਜਿਹੜੇ ਉਹ ਖੇਡ ਉਹ ਮਿਲਦਾ ਰਹੇ ਉਹਨਾਂ ਨੂੰ ਉਹ ਖੇਡਦੇ ਰਹਿੰਦੇ ਨੇ ਤੇ ਇਹਦੇ ਵਿੱਚ ਇਹੀ ਇੱਕ ਤਾਂ ਬਿਲਕੁਲ ਤਾਂ ਚਾਹੀਏ ਉਹ ਬਿਆਨ ਕਿਸੇ ਤਰੀਕੇ ਦਾ ਹੋਵੇ ਚਾਹੇ ਅਤ ਦਰਜੇ ਦਾ ਨੀਵਾ ਘਟਿਆ ਕਹਿ ਲੋ ਜਿਹੜਾ ਹੁੰਦਾ ਬਿਆਨਬਾਜ਼ੀ ਉਹਦਾ ਉਹਦਾ ਦੀ ਹੋਵੇ ਮਤਲਬ ਮਿਆਰ ਜਿਹੜਾ ਹੈਗਾ ਉਹ ਨਹੀਂ ਦੇਖਦੇ ਹੈਗੇ ਹੁਣ ਇਸ ਤਰ੍ਹਾਂ ਦਾ ਹੀ ਕੋਈ ਇੱਕ ਆਗੂ ਹੈ ਕੋਈ ਯੁਵਾ ਮੋਰਚਾ ਦਾ ਆਗੂ ਕਿਹਾ ਜਾਂਦਾ ਕੋਈ ਐਡਵੋਕੇਟ ਹੈਗੇ ਨੇ ਉਹ ਉਹਨਾਂ ਨੇ ਇੱਕ ਜਿਹੜੀ ਹੈਗੀ ਪਟੀਸ਼ਨ ਕਹਿ ਲੋ ਅਰਜ਼ੀ ਕਹਿ ਲੋ ਸ਼ਿਕਾਇਤ ਕਹਿ ਲੋ ਪਾਈ ਹੈ ਐਸਟੀਐਫ ਨੂੰ ਪਾਈ ਹੈ ਕਿ ਜਿਹੜਾ ਗੁਰਦੀਪ ਰਾਣੋ ਸੀ ਗੁਰਦੀਪ ਰਾਣੋ ਨੇ ਸ਼ੂਟਿੰਗਾਂ ਵਗੈਰਾ ਲਈ ਆਪਣਾ ਮਕਾਨ ਜਾਂ ਕੋਠੀ ਜੋ ਕਿਰਾਏ ਤੇ ਦਿੰਦਾ ਸੀ ਤਾਂ ਉੱਥੇ ਰਣਜੀਤ ਬਾਵਾ ਜਿਹੜਾ ਹੈਗਾ ਉਹ ਸ਼ੂਟਿੰਗ ਕਰਦਾ ਸੀ ਤਾਂ ਉਹਨਾਂ ਨੇ ਇੱਕ ਗੰਭੀਰ આરોਪ ਵੀ ਲਗਾਏ ਨੇ ਕਿ ਇਹਦੇ ਬੜੇ ਗੂੜੇ ਸਬੰਧ ਨੇ ਜੀ ਗੁਰਦੀਪ ਰਾਣੂ ਨਾਲ ਰਣਜੀਤ ਬਾਵਾ ਦੇ ਕਲਾਕਾਰ ਦੇ ਗਾਉਂ ਦਾ ਜਿਹੜਾ ਤੇ ਜੇ ਦੇਖਿਆ ਜਾਵੇ ਵੀ ਇਹ ਸ਼ਿਕਾਇਤ ਹੁਣ ਕਿਉਂ ਕੀਤੀ ਗਈ ਹੈ ਗੁਰਦੀਪ ਰਾਣੂ ਨਾਲ ਤਾਂ ਬਹੁਤ ਸਾਰੀਆਂ ਦੀਆਂ ਫੋਟੋਆਂ ਵੀ ਨੇ ਆ ਰਾਜਨੀਤਿਕ ਦਲਾਂ ਦੀਆਂ ਹੋਰ ਪੁਲਿਸ ਵਾਲਿਆਂ ਦੀਆਂ ਵੀ ਹੋਰ ਵੀ ਦੋਸਤਾਂ ਮਿੱਤਰਾਂ ਜਾਂ ਵੱਡੇ ਸੀਨੀਅਰ ਕੋਈ ਬੰਦੇ ਨੇ ਜਾਂ ਸਮਾਜ ਵਿੱਚ ਜਿਨ੍ਹਾਂ ਦੀ ਰੈਪਿਊਟੇਸ਼ਨ ਹੈ ਹਸਤੀ ਹੈ ਕੋਈ ਉਹ ਬੰਦੇ ਉਹਨਾਂ ਨਾਲ ਖੜਦਾ ਹੈ ਖੜਿਆ ਵੀ ਹੈ ਜਾਂ ਫੂਡਾਂ ਵੀ ਖਾਣ ਜਾਂਦੇ ਨੇ ਜਾਂ ਜਿਵੇਂ ਮਿਲਵਰਤਨ ਵੀ ਹੈ ਸਮਾਗਮਾਂ ਜਾਂਦਾ ਰਹਿਦਾ ਸਾਰਿਆਂ ਨਾਲ ਸੰਬੰਧ ਥੋੜੀ ਹੋ ਸਕਦਾ ਤੇ ਜੇ ਦੇਖਿਆ ਜਾਵੇ ਵੀ ਸ਼ੂਟਿੰਗ ਇਹਨਾਂ ਦਾ ਤਾਂ ਪ੍ਰੋਫੈਸ਼ਨ ਹੈ ਰਣਜੀਤ ਬਾਵੇ ਦਾ ਤਾਂ ਪ੍ਰੋਫੈਸ਼ਨ ਹੈ ਜਿੱਥੇ ਕਿਤੇ ਸ਼ੂਟਿੰਗ ਲਈ ਥਾਂ ਹੁੰਦੀ ਹੈ ਅਗਲਾ ਕਰੰਟ ਤੇ ਲੈ ਕੇ ਆਪਣਾ ਸ਼ੂਟ ਕਰਦਾ ਹੈ ਪ੍ਰੋਫੈਸ਼ਨਰ ਦਾ ਗਾਉਣਾ ਪਰ ਇਹਦੇ ਪਿੱਛੇ ਮਕਸਦ ਕੀ ਹੈ ਕਿ ਰਣਜੀਤ ਬਾਵਾ ਨੂੰ ਟਾਰਗੇਟ ਕਰਿਆ ਗਿਆ ਰਣਜੀਤ ਬਾਵਾ ਦੇ ਕੁਝ ਕੁ ਗਾਣੇ ਵੀ ਇਦਾਂ ਦੇ ਹੋਏ ਨੇ ਜਿਨ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਖਾਸ ਵਰਗ ਜਾਂ ਕਿਸੇ ਖਾਸ ਕਮਿਊਨਿਟੀ ਜਾਂ ਕਿਸੇ ਖਾਸ ਰਾਜਨੀਤਿਕ ਦਲ ਦੇ ਲੋਕਾਂ ਨੂੰ ਥੋੜੀ-ਬੋਤੀ ਨਾ ਹੋਉਂਦੀ ਹੈ ਜੈਲਸੀ ਹੁੰਦੀ ਹੈ ਜਾਂ ਤਕਲੀਫ ਹੁੰਦੀ ਹੈ ਉਹਦੇ ਤਹਿਤ ਵੀ ਇਦਾਂ ਦਾ ਕੋਈ ਕਾਰਵਾਈ ਕਰ ਸਕਦਾ ਮਨਸ਼ਾ ਹੁੰਦੀ ਹੈ ਬੰਦੇ ਦੀ ਬਿਲਕੁਲ ਉਹਦੇ ਪਿੱਛੇ ਮਨਸ਼ਾ ਕੀ ਹੈ ਉਹ ਸਾਰਾ ਕੁਝ ਜਿਹੜਾ ਹੈਗਾ ਇਦਾਂ ਆਪਾਂ ਦੇਖ ਸਕਦੇ ਹਾਂ ਕਿ ਇਦਾਂ ਦੀ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਦਾ ਐਸਟੀਐਫ ਕੋਲ ਸ਼ਿਕਾਇਤ ਕਰਨੀ ਹੈ ਉਹ ਮੇਰੇ ਖਿਆਲ ਨਾਲ ਵੀ ਕਿਤੇ ਨਾ ਕਿਤੇ ਕੋਈ ਹੋਰ ਮਨਸ਼ਾ ਦੇ ਆਧਾਰਤ ਹੁੰਦੀ ਹੈ ਕਿਉਂਕਿ ਜੇ ਸੱਚੀ ਮੁੱਚੀ ਅਸੀਂ ਵੀ ਕਹਿੰਨੇ ਆ ਅਸੀਂ ਵੀ ਲੋਕ ਆ ਅਸੀਂ ਵੀ ਆਮ ਜਨਤਾ ਹੀ ਆ ਅਸੀਂ ਵੀ ਇਹ ਗੱਲ ਦੇ ਹਮਾਇਤੀ ਆ ਅਸੀਂ ਵੀ ਇਸ ਗੱਲ ਦੇ ਮੰਨਣ ਵਾਲੇ ਆ ਕਿ ਜੇ ਕੋਈ ਸਮਾਜ ਦੇ ਵਿੱਚ ਗਲਤ ਅੰਸ਼ਰ ਹੈ ਚਾਹੇ ਕੋਈ ਆ ਕੋਈ ਵੀ ਬਿਲਕੁਲ ਚਾਹੇ ਕਿਸੇ ਰਾਜਨੀਤਿਕ ਪਾਰਟੀ ਦਾ ਵੱਡਾ ਨੇਤਾ ਹੈ ਟੌਪ ਦਾ ਚਾਹੇ ਕੋਈ ਪੁਲਿਸ ਅਫਸਰ ਆ ਚਾਹੇ ਕੋਈ ਹੋਰ ਆ ਚਾਹੇ ਕੋਈ ਆਮ ਬੰਦਾ ਆ ਚਾਹੇ ਕੋਈ ਕਲਾਕਾਰ ਆ ਕੋਈ ਆ ਕੋਈ ਬੰਦਾ ਉਹ बिजनेসম্যান ਆ ਜੋ ਵੀ ਆ ਤਾਂ ਜਿਹੜਾ ਸਮਾਜ ਨੂੰ ਗੰਦਲਾ ਕਰਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਅਸੀਂ ਇਸ ਗੱਲ ਦੇ ਹਮਾਇਤੀ ਆਂ ਔਰ ਜੇ ਇਦਾਂ ਦੀ ਗੱਲ ਜੂਵਾ ਮੋਰਚਾ ਵਾਲੇ ਕਿਸੇ ਵੀਰ ਦੇ ਦਿਮਾਗ 'ਚ ਆਈ ਹੈ ਤਾਂ ਅੱਛੀ ਗੱਲ ਹੈਗੀ ਪਰ ਕਿਸੇ ਇੱਕ ਬੰਦੇ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਔਰ ਖਾਸ ਕਰ ਜਿਸ ਬੰਦੇ ਦਾ ਕਿਤੇ ਨਾਂ ਨਾ ਥੇ ਇਦਾਂ ਦਾ ਗੱਲ ਖਾਸ ਕਰ ਉਹ ਜਿਹੜਾ ਬੰਦਾ ਚੰਗੀ ਸੋਚ ਲੈ ਕੇ ਵਿਚਰ ਰਿਹਾ ਹੋਵੇ ਉਹਦੇ ਪ੍ਰਤੀ ਇਦਾਂ ਦੀ ਗੱਲ ਆਈ ਹੈ ਜੇ ਤਾਂ ਉਹ ਕਿਉਂ ਆਈ ਹੈ ਉਹਦੇ ਬਾਰੇ ਵੀ ਕਲੀਅਰ ਕਰ ਦੇਣਾ ਚਾਹੀਦਾ ਉਸ ਜੂਵਾ ਮੋਰਚਾ ਵਾਲੇ ਆਗੂ ਨੂੰ ਕਿ ਕਿਉਂ ਇਦਾਂ ਦਾ ਜਿਹੜਾ ਹੈਗਾ ਉਹ ਆਇਆ ਜਾਂ ਉਹਨਾਂ ਕੋਲ ਕੋਈ ਪ੍ਰੂਫ ਹੋਊਗਾ ਆਪੇਸ਼ੇ ਬਦੂnga ਐਡਵੋਕੇਟ ਨੇ ਇਦਾਂ ਹੀ ਇਦਾਂ ਹੀ ਤਾਂ ਕੋਈ ਕੀਤਾ ਨਹੀਂ ਹੋਊਗਾ ਜੇ ਹੈਗਾ ਤਾਂ ਪੇਸ਼ ਕਰਨਾ ਚਾਹੀਦਾ ਤਾਂ ਤਾਂ ਕਿ ਜਿਹੜੇ ਆਮ ਲੋਕ ਨੇ ਸਾਡੇ ਵਰਗੇ ਲੋਕ ਨੇ ਜਾਂ ਹੋਰ ਲੋਕ ਨੇ ਜਿਹੜੇ ਆਮ ਲੋਕਾਂ ਦੇ ਵਿੱਚ ਗਿਣੇ ਜਾਂਦੇ ਨੇ ਜਾਂ ਆਂਦੇ ਨੇ ਜਾਂ ਸਮਝਦੇ ਨੇ ਆਪਣੇ ਆਪ ਨੂੰ ਤਾਂ ਉਹ ਉਹਨਾਂ ਲੋਕਾਂ ਨੂੰ ਸਲੀਅਤ ਪਤਾ ਲੱਗੇ ਕੀ ਇਸ ਬੰਦੇ ਦੀ ਅਸਲੀਅਤ ਕੀ ਹੈ ਇਹਦੇ ਪਿੱਛੇ ਕੀ ਹੈ ਜੇ ਇਕੱਲਾ ਇਸ ਕਰਕੇ ਕਰਤਾ ਕਿ ਸ਼ੂਟਿੰਗ ਕਰਦਾ ਜਾਂ ਉਹਦੇ ਨਾਲ ਫੋਟੋ ਆਣੇ ਜਾਂ ਨੇਲੇ ਬੈਠ ਕੇ ਗੱਲ ਕਰਦਾ ਜਾਂ ਕੋਈ ਹੋਰ ਗੱਲਬਾਤ ਹੈ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜਾਂਚ ਦੇ ਕਿਰਚ ਸਾਰੀ ਹੋਣੀ ਚਾਹੀਦੀ ਨੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਉਹਦੇ ਨਾਲ ਫੋਟੋਆਂ ਖਿੱਚਾਈਆਂ ਨੇ ਜਾਂ ਜਿਨ੍ਹਾਂ ਜਿਨ੍ਹਾਂ ਲੋਕਾਂ ਦੀਆਂ ਉਹਦੇ ਨਾਲ ਮਿਲਣੀਆਂ ਹੋਈਆਂ ਨੇ ਬੈਠਕਾਂ ਹੋਈਆਂ ਨੇ ਜਾਂ ਇਹਨਾਂ ਲੋਕਾਂ ਦੇ ਸਮਾਗਮ ਅਜਗੇ ਵੱਡੇ ਲੋਕਾਂ ਦੇ ਖਾਸ ਕਰਕੇ ਇਹਨਾਂ ਦੀ ਅਪਰੋਚ ਹੁੰਦੀ ਹੈ ਜਿਨ੍ਹਾਂ ਦੇ ਕੋਲ ਅਪਰੋਚ ਹੈ ਉਹਨਾਂ ਲੋਕਾਂ ਦੀ ਵੀ ਜਾਂਚ ਹੋਣੀ ਚਾਹੀਦੀ ਅਸੀਂ ਇਹ ਇਹ ਵੀ ਗੱਲ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਵੀ ਅਰਜ਼ੀਆਂ ਜਾਣੀਆਂ ਚਾਹੀਦੀਆਂ ਨੇ ਜੂਆ ਮੋਰਟਾ ਨੇ ਜੇ ਚੱਕਿਆ ਇਦਾਂ ਦਾ ਕਦਮ ਤਾਂ ਮੈਗਨੈਟਿਕਸ ਲੱਗ ਜੋ ਕਹਿ ਕੇ ਹੋਰਾਂ ਲੋਕਾਂ ਦੇ ਖਿਲਾਫ ਵੀ ਅਰਜ਼ੀਆਂ ਉਹ ਜਿਹੜੇ ਬੰਦੇ ਵੱਡੇ ਨੇ ਉਹਨਾਂ ਨੂੰ ਵੀ ਵਿੱਚ ਕਿਹੜੀ ਸੋ ਉਹਨਾਂ ਨੇ ਕਿਵੇਂ ਫੋਟਾਂ ਤਰਾਲੀਆਂ ਉਹ ਕੌਣ ਹੈ ਬੰਦਾ ਐਡੀ ਕ ਹਸਤੀ ਕੀ ਸੀ ਕਿ ਵੱਡੇ ਵੱਡੇ ਲੀਡਰ ਉਦੇ ਨਾਲ ਜਾ ਕੇ ਖੜੇ ਨੇ ਜਾਂ ਉਹ ਖੜਾ ਉਹਨਾਂ ਦੇ ਕੋਲ ਐਡੀ ਉਹਦੇ ਕੋਲ ਪਾਵਰ ਕੀ ਸੀ ਵੀ ਕਿਸੇ ਦੇ ਬੰਦੇ ਦੇ ਵੱਡੇ ਆਗੂ ਦੇ ਘਰੇ ਵੜ ਜੇ ਉਹਦੇ ਕੋਲ ਕੀ ਸੰਭਾ ਨਹੀਂ ਗਾਉਦਾ ਸੀ ਜੋ ਪਾਇਲਟ ਚਿਪਸੀਆਂ ਨਹੀਂ ਫਰਦਸ ਬਿਲਕੁਲ ਬਿਲਕੁਲ ਉਹ ਜਾਂਚਾਂ ਜ਼ਰੂਰੀ ਨੇ ਉਹੋ ਜਾਂਚਾਂ ਜ਼ਰੂਰੀ ਨੇ ਕੋਰਟ ਦੇ ਵਿੱਚ ਪਹਿਲਾਂ ਵੀ ਬਥੇਰੇ ਨੇ ਨਾਂ ਲਏ ਨੇ ਉਹਨਾਂ ਦੇ ਖਿਲਾਫ ਕਦੇ ਕਿਸੇ ਨੇ ਨਹੀਂ ਜਾਂਚ ਦੀ ਮੰਗ ਕਰੀ ਹੈਗੀ ਹੁਣ ਜੇ ਗੱਲ ਕਰੀ ਜਾਵੇ ਤਾਂ તાਜਾ ਜਿਹੜੀ ਖਬਰ ਆਈ ਹੈ ਗੁਰਜਿੰਦਰ ਜੀ ਆਹ ਅਡਾਨੀ ਬੰਦਰਗਾਹ ਬਿਲਕੁਲ ਉਥੇ 15000 ਕਰੋੜ ਰੁਪਏ ਦੀ ਹੈਰੋਇਨ ਜਿਹੜੀ ਹੈਗੀ ਉੱਤਰ ਦੀ ਫੜੀ ਗਈ ਆ ਉਸ ਤੋਂ ਪਹਿਲਾਂ ਟੈਲਕਮ ਪਾਊਡਰ ਦੇ ਨਾਂ ਤੇ ਕੋਈ ਆਏ ਆ ਖੇ ਪਾਈ ਵੱਡੀ ਉਹ ਕਹਿੰਦੇ ਦਿੱਲੀ ਜਾਣੀ ਸੀ ਜਾਂ ਕਿਵੇਂ ਸੀ ਉਹ ਉਹਦੇ ਟਰੱਕ ਹੀ ਗਾਇਬ ਹੋ ਗਏ ਕਿਸੇ ਟੋਲ ਬੈਰੀਅਰ ਤੋਂ ਲੰਗੇ ਹੀ ਨਹੀਂ ਹੈਗੇ ਉਹ ਕਿੱਤਰ ਗਏ ਹੁਣ ਤੱਕ ਪਤਾ ਨਹੀਂ ਲੱਗਿਆ ਹਾਲ ਤੱਕ ਇਹ ਜਾਂਚ ਚੱਲ ਰਹੀ ਹੈ ਸੋ ਆਹ ਜਿਹੜੀਆਂ ਚੀਜ਼ਾਂ ਨੇ ਜੇ ਉਹਨਾਂ ਨਾਮ ਜੋੜ ਕੇ ਆਪਾਂ ਉਸ ਚੀਜ਼ ਦਾ ਵੀ ਹਾਂ ਇਹ ਤਾਂ ਸਿੱਧੇ ਤੌਰ ਤੇ ਬਈ ਉੱਥੇ ਬੰਦਰਗਾ ਕਰਾਏ ਤੇ ਉਹ ਤਾਂ ਕਹਿ ਰਿਹਾ ਕਰਾਏ ਤੇ ਦਿੱਤੀ ਆ ਹੁਣ ਅਸਲੀਅਤ ਤਾਂ ਜਾਂਚ ਤੋਂ ਬਾਅਦ ਆਉਗੀ ਪਤਾ ਫਿਰ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਬਿਲਕੁਲ ਐਡੀ ਵੱਡੀ ਖੇਪ ਹੈ ਦੇਸ਼ ਦੀ ਨੌਜਵਾਨੀ ਨੂੰ ਤਬਾਹ ਕਰ ਰਹੀ ਹੈ ਇਕੱਲੇ ਪੰਜਾਬ ਤੇ ਥੋੜੀ ਜਾਣੀ ਸਿੱਡੀ ਪੇ ਇੱਕ ਦੋ ਬੰਦਾ ਤਾਂ ਇਹ ਕੰਮ ਕਰ ਨਹੀਂ ਸਕਦਾ ਨਾ ਜੇਕਰ ਕੋਈ ਮਿਲੇ ਹੋਏ ਨੇ ਚਾਹੇ ਰਾਜਨੀਤਿਕ ਪਾਵਰਾਂ ਨੇ ਜਾਂ ਫਿਰ ਕੋਈ ਹੋਰ ਕਿਸੇ ਤਰ੍ਹਾਂ ਦੀ ਪਾਵਰ ਨਹੀਂ ਇਸ ਕਰਕੇ ਐਂਟਰ ਹੋਈ ਹੈ ਉਹ ਬਿਲਕੁਲ ਬਿਲਕੁਲ ਨਾਲੇ ਇਕੱਲੇ ਕਿਸੇ ਇੱਕ ਸਟੇਟ ਚ ਤਾਂ ਜਾਣੀ ਨਹੀਂ ਸੀ ਜੇ ਕਿਸੇ ਦੀ ਖਾਸ ਕੋਈ ਦੁਸ਼ਮਣੀ ਵੀ ਹੁੰਦੀ ਹੈ ਕਿਸੇ ਸਟੇਟ ਨਾਲ ਅਗਲਾ ਕਹਿੰਦਾ ਉਹ ਸਟੇਟ ਚ ਏਡੀ ਖੇਪ ਇੱਕ ਸਟੇਟ ਥੋੜੀ ਜਾਊਗੀ ਖਾਪ ਤੇ ਨਹੀਂ ਹੋਣੀ ਸੀ ਏਡੀ ਸਟੇਟ ਖੇਪ ਦੀ ਤਾਂ ਏਡੀ ਮਾਤਰਾ ਤੇ ਉਹ ਫਿਰ ਦੇਸ਼ ਸਾਰਾ ਦੇਸ਼ ਹੈ ਨਾ ਸਾਰੇ ਦੇਸ਼ ਦੇ ਨੌਜਵਾਨੀ ਉਹ ਕਿਸੇ ਦੇ ਮਾਂ ਨੂੰ ਮਾਂ ਦੀ ਕੁੱਖ ਨੂੰ ਝਾੜਨਗੇ ਕਿਸੇ ਦੇ ਕਿਸੇ ਦਾ ਪਤੀ ਉਸ ਨਸ਼ੇ ਦੇ ਕਰਕੇ ਜਾਨ ਤੋਂ ਹੱਥ ਤੋਂ ਬੈਠੂਗਾ ਕਿਸੇ ਦਾ ਭਰਾ ਕਿਸੇ ਦਾ ਹੋਰ ਜਿਹੜਾ ਕਹਿ ਲੋ ਹੁਣ ਤਾਂ ਲੜਕੀਆਂ ਵੀ ਕਹਿ ਦਿੰਦੇ ਆ ਕਿ ਲੜਕੀਆਂ ਵੀ ਨਸ਼ੇ ਦੀਆਂ ਆਦੀ ਹੋ ਰਹੀਆਂ ਨੇ ਤਾਂ ਦੇਸ਼ ਦੀ ਜਵਾਨੀ ਹੈ ਜਿਹੜੀ ਉਹਨੂੰ ਖਰਾਬ ਕਰਨੇ ਨੇ ਬੰਦੇ ਇਹ ਸਾਰਿਆਂ ਦੇ ਖਿਲਾਫ ਇਹ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਪਰ ਜਾਂਚ ਜਿਹੜੀ ਜਾਂਚ ਆ ਇੱਕ ਤਾਂ ਨਿਰਪੱਖ ਹੋਵੇ ਬਦਲਾ ਲੁਭਾਵਨਾ ਚ ਨਾ ਹੋਵੇ ਜਾਂਦੇ ਪਿੱਛੇ ਮਕਸਦ ਨਾ ਹੋਵੇ ਕੋਈ ਵੀ ਹੋਰ ਕੋਈ ਮਕਸਦ ਹੈ ਸਿਰਫ ਤੇ ਸਿਰਫ ਇਹੀ ਹੋਣਾ ਚਾਹੀਦਾ ਕਿ ਸਮਾਜ ਦੇ ਵਿੱਚ ਇਹ ਗੰਦਾ ਗੰਦੇ ਅੰਸਰ ਨੇ ਤੇ ਇਹਨਾਂ ਦੇ ਖਿਲਾਫ ਆ ਸਬੂਤ ਨੇ ਤੇ ਉਹ ਸਬੂਤਾਂ ਦੇ ਆਧਾਰ ਤੇ ਜਾਂਚ ਹੋ ਰਹੀ ਹੈ ਜੇ ਜਾਂਚ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਚਾਹੇ ਕੋਈ ਆ ਚਾਹੇ ਡਾਨੀਆ ਕਹੇ ਚੋ ਕੋਈ ਚਾਹੇ ਕੋਈ ਆਮ ਬੰਦਾ ਹੈ ਦਿਹਾੜੀਦਾਰ ਬੰਦਾ ਚਾਹੇ ਕੋਈ ਪੀਅ ਹੈ ਨਾ ਚਾਹੇ ਅਫਸਰ ਹੈ ਜਾ ਕੇ ਨੇਤਾ ਹੈ ਕੋਈ ਵੀ ਹੈ ਫਿਰ ਸਾਰਿਆਂ ਨੂੰ ਰਗੜਾਉਣਾ ਚਾਹੀਦਾ ਉਹ ਉਹਨਾਂ ਦੇ ਕੋਲ ਕਿੱਥੋਂ ਆਇਆ ਕਿਵੇਂ ਆਇਆ ਹੁਣ ਤੱਕ ਦੇਖੋ ਪੰਜਾਬ ਦੇ ਵਿੱਚ ਵੀ ਗੁਰਜਿੰਦਰ ਜੀ ਖੇਪ ਫੜ ਲਈ ਕਿਤੇ ਸਰ ਹੱਦ ਤੋਂ ਫੜ ਲਈ ਜੀ ਬਿਲਕੁਲ ਕਿਤੇ ਰੱਕ ਚੋਂ ਫੜ ਲਈ ਕਿਤੇ ਕਾਰ ਚੋਂ ਫੜ ਲਈ ਕਿਤੇ ਮੋਟਰਸਾਈਕਲ ਆ ਗਿਆ ਜੀ ਕਿਤੇ ਬੰਦੇ ਨਾਕਾਂ ਲੱਗਿਆ ਉੱਥੋਂ ਫੜ ਲਈ ਕਿਸੇ ਦੇ ਘਰੇ ਛੱਪ ਅੱਜ ਤੱਕ ਕਿਸੇ ਇਹ ਦੇਖਿਆ ਕਿਤੇ ਕੋਈ ਕਾਰਵਾਈ ਆਈ ਹੋਵੇ ਵੀ ਇਹਨਾਂ ਬੰਦਿਆਂ ਕੋਲ ਕਿੱਥੋਂ ਆਈ ਪੈੜ ਨੱਪ ਕਿਸੇ ਨੇ ਜੀ ਕਿ ਪੈੜ ਨੱਪ ਦਾ ਨੱਪ ਦਾ ਨੱਪ ਦਾ ਬੰਦਾ ਟੌਪ ਤੇ ਪਹੁੰਚ ਗਿਆ ਵੀ ਇੱਥੋਂ ਸ਼ੁਰੂ ਹੋਇਆ ਸੀ ਬਿਲਕੁਲ ਇੱਥੋਂ ਸ਼ੁਰੂ ਹੋ ਗਿਆ ਇੱਥੇ ਤੱਕ ਪਹੁੰਚੀ ਹੈ ਦਿੱਲੀ ਸਪੋਲਾ ਦਾ ਦੇਖ ਲਓ ਤੁਸੀਂ ਉਹੀ ਗੱਲ ਕਰਦਾ ਉਹਨਾਂ ਦਾ ਨਾਂ ਉਹਨੇ ਵੀ ਨਾਂ 몰 ਲਿਆ ਸੀਗਾ ਕਿੰਨੇ ਜਾਂਚਾਂ ਹੋਣੀਆਂ ਕਿੰਨੇ ਦੇ ਖਿਲਾਫ ਕੋ ਗੱਲਬਾਤ ਕਾਰਵਾਈ ਹੋਈ ਆ ਸਰਕਾਰਾਂ ਬਦਲਦੀਆਂ ਨੇ ਬਿਆਨਬਾਜ਼ੀ ਦੇ ਕੇ ਭਰੇ ਹਟ ਜਾਂਦੇ ਨੇ ਕਾਰਵਾਈ ਕੋਈ ਨਹੀਂ ਹੁੰਦੀ ਜਦ ਕਿ ਪੁਲਿਸ ਕੋਖ ਕਰ ਸਕਦੀ ਆ ਬਿਲਕੁਲ ਕਰ ਸਕਦੀ ਪੁਲਿਸ ਜਦੋਂ ਇੱਕ ਬੰਦੇ ਨੂੰ ਫੜਦੀ ਆ ਚਾਹੇ ਉਹ 1 ਗ੍ਰਾਮ ਆ ਚਾਹੇ 2 ਗ੍ਰਾਮ ਆ ਚਾਹੇ 50 ਗ੍ਰਾਮ ਆ ਜੀ ਉਸ ਬੰਦੇ ਨੂੰ ਪੁੱਛਿਆ ਜਾਵੇ ਕਿਥੋਂ ਆਈ ਉਹ ਤੋਂ ਅੱਗੇ ਕਿੱਥੇ ਉਹ ਤੋਂ ਅੱਗੇ ਕਿਥੋਂ ਆਈ ਉਹ ਤੋਂ ਅੱਗੇ ਕਿਥੋਂ ਆਈ ਸਿਰੇ ਤੱਕ ਪਹੁੰਚਿਆ ਜਾ ਸਕਦਾ ਕਿਉਂ ਨਹੀਂ ਪਹੁੰਚਿਆ ਜਾ ਸਕਦਾ ਬਿਲਕੁਲ ਆਫਟਰ ਆ ਲਾਈ ਤਾਂ ਹੈਗੀ ਹੈ ਪੈਦਾ ਤਾਂ ਨਹੀਂ ਕੀਤੀ ਨੇ ਆਪਣੇ ਘਰੇ ਬੈਠ ਕੇ ਬਣਾ ਲਈ ਜਾਂ ਕੁਛ ਇਦਾਂ ਕਿਤੇ ਨਾ ਕਿਤੇ ਸਬੰਧ ਵੱਡੇ ਵੱੱਡਰ ਉੱਤੇ ਜਾ ਕੇ ਜੋੜਦੇ ਨੇ ਜਿੱਥੇ ਪੁਲਿਸ ਦੇ ਵੀ ਅੱਖ ਕੜੇ ਹੋ ਜਾਂਦੇ ਆ ਹਾਂ ਜਿੱਥੇ ਵੱਡੇ ਅਪਰੋਚ ਵਾਲੇ ਜਿੱਥੇ ਬੈਠੇ ਨੇ ਜਿਨ੍ਹਾਂ ਤੱਕ ਪਹੁੰਚ ਨਹੀਂ ਹੁੰਦੀ ਪੁਲਿਸ ਦੀ ਜਿਨ੍ਹਾਂ ਦੇ ਉੱਤੇ ਕਾਰਵਾਈਆਂ ਨਹੀਂ ਹੁੰਦੀਆਂ ਫੋਨ ਖੜਕ ਜਾਂਦੇ ਨੇ ਜਿਨ੍ਹਾਂ ਨੂੰ ਬੰਦ ਕਰ ਦਿੰਦੀਆਂ ਜਾਂਦੇ ਆ ਫੈਲਾ ਉਹਨਾਂ ਦੇ ਉੱਤੇ ਵੀ ਕਾਰਵਾਈ ਕੌਣ ਕਰੂਗਾ ਜੀ ਸਰਕਾਰਾਂ ਨਹੀਂ ਕਰਨੀ ਐ ਜੇ ਸਰਕਾਰਾਂ ਥੋੜੀਆਂ ਨੇ ਹੁਣ ਚਾਹੇ ਕਾਂਗਰਸ ਦੀ ਸਰਕਾਰ ਪੰਜਾਬ ਚ ਤੇ ਬੀਜੇਪੀ ਦੀ ਕੇਂਦਰ ਦੇ ਵਿੱਚ ਐ ਤੇ ਹੋਰ ਕੀ ਚਾਹੀਦਾ ਜੇ ਤੁਸੀਂ ਦੋਵੇਂ ਸੁਹਿਰਦ ਹੋਣ ਨੀਅਤ ਚੰਗੀ ਹੋਵੇ ਸਾਫ਼ ਹੋਵੇ ਕਿਸੇ ਦੇ ਪ੍ਰਤੀ ਬਦਲਾ ਲਊ ਭਾਵਨਾ ਨਾ ਹੋਵੇ ਤੇ ਸੱਚੀ ਮੁੱੱਚੀ ਸਮਾਜ ਦਾ ਭਲਾ ਕਰਨ ਦੀ ਸੋਚੀ ਐ ਤਾਂ ਕਾਰਵਾਈ ਕਿਉਂ ਨਹੀਂ ਹੋ ਸਕਦੀ ਸੈਂਟਰ ਦਬਾਅ ਬਣਾ ਸਕਦਾ ਪੰਜਾਬ ਦੇ ਤੇ ਹੀ ਬਣ ਸਕਦਾ ਪੰਜਾਬ ਸਰਕਾਰ ਤੇ ਹੀ ਬਣ ਸਕਦਾ ਤੇ ਪੰਜਾਬ ਸਰਕਾਰ ਤਾਂ ਆਪ ਹੀ ਕਹਿੰਦੀ ਹੈ ਹਮੇਸ਼ਾ ਹੀ ਕਿਹਾ ਨਸ਼ੇ ਦੇ ਕੰਟਰੋਲ ਕਰਾਂਗੇ ਅਸੀਂ ਨਸ਼ੇ ਦਾ ਲੱਕ ਤੋੜ ਦਾਂਗੇ ਗੁਟਕਾ ਸਾਬ ਦੀ ਸੌਂਗਾਦੀ ਆ ਕੈਪਟਨ ਮਰੀਂਦਰ ਨੇ ਤਾਂ ਜਿਹੜੇ ਹੁਣ ਨਵਜੋਤ ਸਿੰਘ ਸਿੱਧੂ ਇਹਨਾਂ ਨੇ ਕਿਹਾ ਨਸ਼ੇ ਦੇ ਤੇ ਕੋਈ ਉਹ ਕਾਰਵਾਈ ਨਹੀਂ ਹੋਈ ਤੇ ਇਹ ਵੀ ਕਰ ਸਕਦੇ ਨੇ ਕਿਉਂ ਨਹੀਂ ਕਿ ਹੁਣ ਹੁਣ ਮੁੱਦੇ ਹੋਰ ਲੈ ਲੈ ਇਹਨਾਂ ਨੇ ਉਹ ਵੱਖਰੀ ਗੱਲ ਹੈ ਚਲੋ ਪਰ ਨਸ਼ੇ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਕੋਈ ਕਰੇ ਕਰੇ ਤਾਂ ਅਸੀਂ ਪਰ ਨਰਪੱਖ ਹੋਵੇ ਆਵੇ ਸਾਹਮਣੇ ਕੋ ਆ ਕਲਾਕਾਰਾਂ ਦਾ ਦਮ ਵਿਚਾਰਾਂ ਦਾ ਇਹਨਾਂ ਨੇ ਤਾਂ ਕਿਤਨੇ ਕਿਤੇ ਸ਼ੂਟ ਕਰਨ ਨਹੀਂ ਆ ਤੇ ਵੱਡੇ ਕਾਰਪੋਰੇਟ ਜਿਹੜੇ ਘਰਾਣੇ ਨੇ ਜਾਂ ਇਦਾਂ ਦੇ ਖੁਸ਼ ਖਾਸ ਬੰਦੇ ਨੇ ਜਿਹੜੇ ਫੜੇਗੇ ਰਾਣੋ ਵਰਗੇ ਇਹਨਾਂ ਨੇ ਪ੍ਰਾਪਰਟੀਆਂ ਬਣਾਈਆਂ ਨੇ ਤੇ ਇਦਾਂ ਦੇ ਪੈਸਾ ਕਮਾਣ ਦਾ ਇੱਕ ਨਵਾਂ ਸਾਧਨ ਕ੍ਰੀਏਟ ਕਰ ਲਿਆ ਉਹਦੇ ਚ ਆਪਾਂ ਕਹਿ ਸਕਦੇ ਹਾਂ ਕਿ ਵਾਈਟ ਮਨੀ ਕਰਨ ਵਾਸਤੇ ਕਹਿ ਲਓ ਬਿਲਕੁਲ ਠੀਕ ਹੈ ਜੀ ਆਪਣੇ ਬਲੈਕ ਮਨੀ ਨੂੰ ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਅਪਨ ਕਹਿ ਸਕਦੇ ਆ ਕਿ ਇਹ ਲੋਕਾਂ ਦਾ ਸਹਾਰਾ ਲੈਣਾ ਪੈਂਦਾ ਇਹਨਾਂ ਨੂੰ ਭਾਜਪਾ ਨੂੰ ਤਾਂ ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਜੋ ਨੌਜਵਾਨ ਕਲਾਕਾਰ ਨੇ ਇਸ ਕਰਕੇ ਵੀ ਉਹ ਥੋੜਾ ਜਿਹਾ ਟਾਰਗੇਟ ਕਰਦੇ ਨੇ ਕਿਉਂਕਿ ਕਿਸਾਨੀ ਅੰਦੋਲਨੋਂ ਇੱਥੇ ਤੱਕ ਮੂਵ ਕਰਨ ਦੇ ਵਿੱਚ ਕਿਤੇ ਨਾ ਕਿਤੇ ਨੌਜਵਾਨ ਕਲਾਕਾਰ ਹੈ ਇਹਨਾਂ ਦਾ ਇੱਕ ਬੜਾ ਵੱਡਾ ਤੇ ਅਹਿਮ ਰੋਲ ਰਿਹਾ ਤੁਸੀਂ ਪਿੱਛੇ ਵੀ ਦੇਖਿਆ ਹੋਣਾ ਕਿਸਾਨੀ ਅੰਦੋਲਨ ਦੌਰਾਨ ਕਿੰਨੇ ਹੀ ਕਲਾਕਾਰਾਂ ਦੇ ਜਿਵੇਂ ਜੋ ਹਰਿਆਣਾ ਦਾ ਪ੍ਰਦਰਸ਼ਨ ਹੋ ਰਿਹਾ ਸੀ ਇਹ ਪੰਜਾਬ ਦਾ ਮੋਹਾਲੀ ਦੇ ਵਿੱਚ ਤੇ ਉੱਥੇ ਆਪਣਾ ਪੰਚਗੁਰਾ ਦੇ ਵਿੱਚ ਹਰਿਆਣਾ ਦਾ ਸੀ ਕਿਸਾਨਾਂ ਦਾ ਜਿਹੜੇ ਪੰਜਾਬ ਦੇ ਕਲਾਕਾਰ ਸੀ ਉਹ ਹਰਿਆਣੇ ਵਾਲੇ ਅੰਦੋਲਨ ਦੇ ਵਿੱਚ ਸੀ ਤਾਂ ਉਹਨਾਂ ਨੂੰ ਪੰਜਾਬ ਵਾਲੀ ਥਾਂ ਜਿੱਥੇ ਉਹ ਗਏ ਵੀ ਨਹੀਂ ਉਸ ਨਾਲ ਜੋੜ ਕੇ ਪਰਚੇ ਪਾਏ ਗਏ ਉਹਨਾਂ ਤੇ ਹਾਂ ਚਲੋ ਆਪਾਂ ਕਹਿ ਸਕਦੇ ਹਾਂ ਕਿ ਮੈਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਮਨਸ਼ਾ ਜਿਹੜੀ ਹੁੰਦੀ ਹੈ ਕਿਤੇ ਨਾ ਕਿਤੇ ਲੁਕੀ ਸ਼ੀਪੀ ਹੋ ਸਕਦੀ ਹੈ ਪਰ ਕਲੀਅਰ ਕਰ ਦੇਣੀ ਚਾਹੀਦੀ ਆ ਜੇ ਕੋਈ ਸਬੂਤ ਹੈ ਇਦਾਂ ਦਾ ਕਿਸੇ ਨੂੰ ਐਸਟੀਐਫ ਦੇ ਤੱਕ ਪਹੁੰਚ ਕਰਨੀ ਹੈ ਜੇ ਕਿਸੇ ਨੇ ਕਰਿਆ ਇੱਕਤੀ ਹੈ ਜਾਂ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਜਨਤਾ ਦੇ ਰੂਪ ਵਿੱਚ ਵੀ ਐਸੇ ਬੰਦੇ ਜਿਹੜੇ ਸਮਾਜ ਵਿਰੋਧੀ ਕਾਰਕੁੰਨ ਨੇ ਕਹਿ ਲੋ ਜੇ ਉਹਨਾਂ ਦੇ ਖਿਲਾਫ ਸਬੂਤ ਹੈਗੇ ਨੇ ਤਾਂ ਉਹ ਪੇਸ਼ ਕਰ ਦੇਣੇ ਚਾਹੀਦੇ ਆ ਲੋਕਾਂ ਨੂੰ ਪਤਾ ਲੱਗੇ ਖਾਸ ਕਰ ਇਹ ਬੰਦੇ ਜੇ ਜ ਸੱਚੀ ਮੁੱਚੀ ਕਲਾਕਾਰ ਆ ਜਿਹੜੇ ਸੱਚੀ ਮੁੱਚੀ ਖਾਸ ਕਰਕੇ ਰਣਜੀਤ ਬਾਵਾ ਵਰਗੇ ਕਲਾਕਾਰਨ ਜਿਹੜੇ ਸੇਧ ਦੇਣ ਵਾਲੇ ਗੀਤ ਗਾਉਂਦੇ ਨੇ ਜੇ ਇਦਾਂ ਦਾ ਕੋਈ ਇਹਨਾਂ ਦਾ ਮਖੌਟਾ ਹੈਗਾ ਤਾਂ ਵੀ ਇਹਨਾਂ ਨੂੰ ਜਨਤਕ ਰੂਪ ਚ ਲਿਆਉਣਾ ਚਾਹੀਦਾ ਕਿ ਨਹੀਂ ਚਾਹੀਦਾ ਹਾਂ ਤੁਹਾਡੇ ਕੋਲ ਕੋਈ ਸਬੂਤ ਹੈਗਾ ਤੁਹਾਨੂੰ ਲੱਗਦਾ ਕਿ ਇਸ ਗੱਲ ਦੇ ਵਿੱਚ ਸੱਚਾਈ ਹੈ ਤਾਂ ਜਨਤਕ ਰੂਪ ਹਾਂ ਕਿਉਂਕਿ ਲੋਕ ਜੁੜੇ ਹੁੰਦੇ ਨੇ ਇਹਨਾਂ ਲੋਕਾਂ ਨਾਲ ਦੇ ਲੋਕ ਇਹਨਾਂ ਨੂੰ ਸੁਣਦੇ ਵੀ ਨੇ ਪਰ ਇਹ ਗੱਲ ਇਹ ਨਹੀਂ ਹੈ ਕਿ ਕਿਸੇ ਨੂੰ ਟਾਰਗੇਟ ਕਰੋ ਵੀ ਇਹਨੇ ਚੰਗਾ ਗਾਣਾ ਗਾਇਆ ਕੋਈ ਜਾਂ ਇਹਦੇ ਗਾਣੇ ਨਾਲ ਕੋਈ ਕਿਸੇ ਨੂੰ ਉਹ ਲੱਗਿਆ ਠੇਸ ਪਹੁੰਚੀ ਆ ਉਹ ਤਾਂ ਅਲੱਗ ਮਾਮਲੇ ਨੇ ਫਿਰ ਉਹਨਾਂ ਮਾਮਲਿਆਂ ਦੇ ਵਿੱਚ ਪਰਚੇ ਦੇ ਦਿਓ ਭਾਈ ਉਹਨਾਂ ਮਾਮਲਿਆਂ 'ਚ ਜਿਸਕਾ ਇਦਾਂ ਕਰ ਲੋ ਜਿਹੜੀ ਕਰਨੀਆਂ ਨੇ ਅਗਲਾ ਅਪਰੂਵ ਲੈ ਕੇ ਆਜੂਗਾ ਮੈਂ ਤਾਂ ਆਹ ਗੱਲ ਇਦਾਂ ਕੀਤੀ ਹੈ ਹਨ ਤੇ ਉਹ ਚੀਜ਼ ਜਿਹੜੀ ਹੈਗੀ ਹੈ ਮੈਨੂੰ ਲੱਗਦਾ ਕਿ ਸਾਨੂੰ ਸਾਫ਼ ਔਰ ਸੁਥਰਾ ਪ੍ਰਸ਼ਾਸਨ ਜਿਹੜਾ ਹੈਗਾ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਕਿਸੇ ਦੇ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਜੋ ਅਸਲੀਅਤ ਹੈ ਉਹ ਪੇਸ਼ ਕਰਨੀ ਚਾਹੀਦੀ ਹੈ ਕਿ ਇਹ ਅਸਲੀਅਤ ਹੈ ਭਾਈ ਇਹ ਜੇ ਮਨਸ਼ਾ ਕੋਈ ਹੋਰ ਹੈ ਸ਼ਿਕਾਇਤ ਕੁਝ ਹੋਰ ਹੈ ਤਾਂ ਉਹ ਡਿਫਰੈਂਸ ਜਿਹੜਾ ਆਉਣ ਵਾਲੇ ਸਮੇਂ ਚ ਪਤਾ ਲੱਗ ਹੀ ਜਾਂਦਾ ਫਿਰ ਤੁਸੀਂ ਜਰੀਆ ਬਣਾ ਰਹੇ ਹੋ ਜਰੀਆ ਜੀ 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 ਸ਼ੁਕਰੀਆ ਪ੍ਰਮਿੰਦਰ ਜੀ ਤੁਸੀਂ ਜੋ ਅੱਜ ਦਾ ਇਹ ਅਹਿਮ ਮੁੱਦਾ ਸੀ ਕਿ ਜੋ ਪੰਜਾਬੀ ਦੇ ਲੋਕਾਂ ਇਕ ਨੇੜੇ ਨਜੀਦ ਬਾਬਾ ਉਹਨਾਂ ਖਿਲਾਫ ਚ ਐਸਟੀਫ ਦੇ ਸ਼ਿਕਾਇਤ ਕੀਤੀ ਗਈ ਹੈ ਕੀ ਮਨਸ਼ਾ ਹੌਸਲੇ ਦੀ ਜੀ ਜੋ ਦੇ ਪਿਛੇ ਕਾਰਨ ਤੁਸੀਂ ਖੁੱਲ ਕੇ ਚਰਚਾ ਕੀਤੀ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਜੀ ਦਰਸ਼ਕੋ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਾਂ ਵਾਲਾ ਚੈਨਲ ਪੰਜਾਬੀ ਚ